ਸਸਿਕਲ ਜੀ ਤੁਸੀਂ ਦੇਖ ਰਹੇ ਹੋ ਮੀਡੀਆ ਆਪਣਾ ਪੰਜਾਬ ਤੇ ਮੈਂ ਆ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਚਾਹਲ ਤੇ ਮੇਰੇ ਨਾਲ ਨੇ ਸਾਡੇ ਟੀਮ ਮੈਂਬਰ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਫੁੱਲਾਂਵਾਲ ਸਾਹਿਬ ਪਰਮੇਂਦਰ ਜੀ ਸਵਾਗਤ ਜੀ ਆਇਆਂ ਨੂੰ ਸਸਿਕਲ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਮੇਰੇ ਵੱਲੋਂ ਤੁਹਾਨੂੰ ਔਰ ਸਾਡੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰਮੇਂਦਰ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਆਏ ਹੋਏ ਨੇ ਬਹੁਤ ਕੁਝ ਜਿੱਥੇ ਉਹ ਕਰ ਰਹੇ ਨੇ ਨਾਲ ਦੀ ਨਾਲ ਜਿਹੜਾ ਵਾਦਾ ਚੋਣਾਂ ਦੇ ਵਿੱਚ ਪੰਜਾਬੀਆਂ ਨਾਲ ਕੀਤਾ ਸੀ ਕਿ ਉਹ ਪੰਜਾਬ ਦੇ ਵਿੱਚ ਵਧੀਆ ਐਜੂਕੇਸ਼ਨ ਸਿਸਟਮ ਦੇਣਗੇ ਸ਼ੁਰੂਆਤ ਅੰਬਰਸਰ ਤੋਂ ਕਰ ਦਿੱਤੀ ਗਈ ਹੈ ਜੀ ਕੀ ਅੰਜਾਮ ਹੋਊਗਾ ਅੰਜਾਮ ਇਹ ਆ ਵੀ ਸ਼ੁਰੂਆਤ ਵੀ ਅੰਮ੍ਰਿਤਸਰ ਤੋਂ ਕਰੀ ਆ ਪਰ ਜੋ ਸਵਾਲ ਖੜੇ ਹੋ ਗਏ ਨੇ ਉਹ ਇਹ ਹੋ ਗਏ ਨੇ ਵੀ ਆਪਣੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਇਹ ਇਹਨਾਂ ਨੇ ਅਮੀਨਿਸ ਸਕੂਲ ਦਿਖਾਇਆ ਹੈਗਾ ਇਹ ਤਾਂ ਪਹਿਲੇ ਸਮਰਾਟ ਸਕੂਲ ਆ ਔਰ ਉਹ ਜੋ ਸਤਪਾਲ ਡਾਂਗ ਔਰ ਹੋਰ ਲੋਕ ਬੜੇ ਬੜੇ ਲੋਕਾਂ ਨੇ ਜਿਹੜੇ ਉਹਦੇ ਤੇ ਪਹਿਲਾਂ ਹੀ ਇੰਨਾ ਵਧੀਆ ਸਕੂਲ ਬਣਾਇਆ ਪੰਜਾਬ ਦਾ ਔਰ ਉਹਨੂੰ ਆਪਣੇ ਨਾਮ ਲੈਣਾ ਇਹ ਸਰਕਾਰ ਲਈ ਅੱਛੀ ਗੱਲ ਹੀ ਹੈਗੀ ਵਧੀਆ ਨਹੀਂ ਗੱਲ ਹੈਗੀ ਇਸ ਤਰੀਕੇ ਦੇ ਨਾਲ ਨਹੀਂ ਚਾਹੀਦਾ ਜੋ ਤੁਸੀਂ ਹਕੀਕਤ ਚ ਕਰ ਰਹੇ ਹੋ ਨਾ ਤਾਂ ਲੋਕਾਂ ਨੂੰ ਵੀ ਉਹ ਲੱਗੇ ਵੀ ਹਾਂ ਵਾਕਈ ਰੂਪ ਵਿੱਚ ਹੋ ਰਿਹਾ ਹੈ ਤੇ ਦੂਸਰੀ ਗੱਲ ਕਰੀਏ ਤੇ ਹੁਣ ਜਦੋਂ ਕਮਰਵੀਜੇ ਪ੍ਰਤਾਪ ਉਹਨਾਂ ਨੇ ਇਹਦੇ ਤੇ ਉਂਗਲ ਚੁੱਕੀ ਆ ਵਿਰੋਧੀਆਂ ਦੇ ਵੀ ਨਿਸ਼ਾਨੇ ਤੇ ਆ ਗਏ ਨੇ ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਜਿੱਥੇ ਐਜੂਕੇਸ਼ਨ ਸਿਸਟਮ ਨੂੰ ਵਧੀਆ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਵਾਅਦੇ ਕੀਤੇ ਨੇ ਉਹ ਅਸੀਂ ਇੱਕ ਇੱਕ ਕਰਕੇ ਪੂਰਾ ਕਰਾਂਗੇ ਤੇ ਨਾਲ ਦੀ ਨਾਲ ਵਪਾਰੀਆਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਤੇ ਲੁਧਿਆਣੇ ਦੇ ਵਿੱਚ ਵੀ ਜਿਹੜੀਆਂ ਮੀਟਿੰਗਸ ਹੋਈਆਂ ਨੇ ਇਹਦੇ ਕੀ ਸਿੱਟੇ ਕੱਢੇ ਜਾਣ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਆ ਵਪਾਰੀ ਜਿਹਨੂੰ ਰੀਅਲ ਏਸਟੇਟ ਦੇ ਵਿੱਚ ਸਰਕਾਰ ਨੂੰ ਖਜ਼ਾਨਾ ਵਿਭਾਗ ਦੇ ਵਿੱਚ ਮਿਲਦਾ ਰੈਵਨਿਊ ਉਹ ਬੰਦਿਆਂ ਨੂੰ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਮੀਟਿੰਗ ਹੋਣ ਤੋਂ ਪਹਿਲਾਂ ਜਿਵੇਂ ਕਹਿੰਦਾ ਬੰਦੀ ਬਣਾ ਲਿਆ ਮੀਟਿੰਗ ਵਪਾਰੀਆਂ ਨਾਲ ਹੋਈ ਆ ਔਰ ਉਹਦੇ ਕੋਈ ਸਾਰਥਕ ਨਤੀਜੇ ਕੋਈ ਜ਼ਿਆਦਾ ਸਾਨੂੰ ਦੇਖਣ ਨੂੰ ਨਹੀਂ ਮਿਲੇ ਜੇ ਅੱਜ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਗੁਰਪ੍ਰੀਤ ਜੀ ਇੰਨਾ ਵੱਡੇ ਵੱਡੇ ਜਿਹੜੇ ਨੇ ਬੋਰ ਲੱਗੇ ਹੋਏ ਨੇ ਇੰਨੀ ਐਡਵਰਟਾਈਜ਼ਮੈਂਟ ਆ ਔਰ ਸਿਰਫ ਇਸ ਕਰਕੇ ਵੀ ਵਪਾਰੀਆਂ ਦੇ ਨਾਲ ਮੀਟਿੰਗ ਆ ਤੁਸੀਂ ਲਾਓ ਬੀਟਿਕ ਤੋਂ ਬਾਅਦ ਕੀ ਫੈਸਲਾ ਕਰਦੇ ਤੁਸੀਂ ਸਰਕਾਰ ਕੀ ਦੇਰੀ ਆ ਵਪਾਰੀਆਂ ਨੂੰ ਜੇ ਕੋਈ ਦੇਰੀ ਆ ਉਹਦਾ ਤਾਂ ਤੁਸੀਂ ਐਡਵਰਟਾਈਜ਼ਮੈਂਟ ਕਰੋ ਪਰ ਜੋ ਇਹ ਬੇਲੋੜੀ ਐਗਜ਼ੀਕਿਊਸ਼ਨ ਹੋ ਰਹੀ ਆ ਨਾ ਇਹ ਨੂੰ ਜਿਹੜਾ ਲੋਕ ਬੜਾ ਪਸੰਦ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੱਦਾਂ ਨਾ ਮਤਲਬ ਹੁਣ ਆਮ ਤੌਰ ਤੇ ਜਦੋਂ ਜਿਹੜਾ ਵੀ ਤੁਸੀਂ ਟੀਵੀ ਚੈਨਲ ਔਨ ਨੇ ਹੂੰ ਤਾਂ ਮੋਦੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਫੋਟੋ ਆ ਜਾਂਦੀ ਆ ਤਾਂ ਲੋਕ ਨੇ ਜਿਹੜੇ ਹੈਗੇ ਆ ਉਹ ਟੀਵੀ ਬੰਦ ਕਰਨ ਵਾਲੇ ਪਾਸੇ ਨਹੀਂ ਤੁਰ ਪੈਂਦੇ ਨੇ ਕਿਤੇ ਇਹ ਨਾ ਹੋਵੇ ਕਿ ਭਗਵੰਤ ਮਾਨ ਸਾਹਿਬ ਜਿਵੇਂ ਹਰ ਐਡ ਦੇ ਵਿੱਚ ਸੋਸ਼ਲ ਮੀਡੀਆ ਤੇ ਪ੍ਰਿੰਟ মিডিਏ ਤੇ ਸਿਨੇਮੇ ਕਰਾਂ ਦੇ ਵਿੱਚ ਇਹ ਲੋਡ ਤੋਂ ਜ਼ਿਆਦਾ ਹੋ ਗਿਆ ਨਹੀਂ ਚਾਹੀਦਾ ਇਹ ਸੋ ਕੰਮ ਕੀਤਾ ਹੋਵੇ ਤਾਂ ਤੁਹਾਡਾ ਕਹਿਣਾ ਹੈ ਉਹ ਦਿਖਾਉਣ ਤੇ ਜੇ ਕੰਮ ਕਰਨ ਤੋਂ ਪਹਿਲਾਂ ਦਿਖਾਉਣਾ ਮੇਰਾ ਖਿਆਲ ਉਹ ਲੋਕ ਸ਼ਾਇਦ ਨਹੀਂ ਪਸੰਦ ਕਰਦੇ ਦੇਖੋ ਇਹਨਾਂ ਨੇ ਬੜੇ ਬੜੇ ਹਥਿਆਰ ਲਾਏ ਉਹਦੇ ਵਿੱਚ ਹਿੰਦੀ 'ਚ ਬੋਲਿਆ ਕੰਮ ਬੋਲਦਾ ਤੇ ਮਜੀਠੀਆ ਸਾਹਿਬ ਨੇ ਦੇਖੋ ਉਹਦਾ ਕੀ ਜਿਹੜਾ ਟਰੋਲ ਕਰਿਆ ਇਹਦਾ ਤਾਂ ਨਹੀਂ ਚਾਹੀਦਾ ਹੈਗਾ ਤੁਸੀਂ ਅੱਜ ਦੇ ਹਰ ਬੰਦੇ ਦੇ ਹੱਥ ਵਿੱਚ ਮੋਬਾਈਲ ਆ ਸੋਸ਼ਲ ਮੀਡੀਆ ਹੈਗਾ ਤੁਹਾਡੇ ਕੰਮ ਕਰਦਾ ਪਤਾ ਲੱਗਣਾ ਤੁਸੀਂ ਇੰਨੇ ਕਰੋੜਾ ਰੁਪਏ ਜਿਹੜਾ ਹੈਗਾ ਨਾ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਇਹਨੂੰ ਜੋ ਸਾਡਾ ਲੋਕਾਂ ਦੇ ਨਾਲ ਵਾਸਤਾ ਹੋ ਰਿਹਾ ਉਹ ਇਹਨੂੰ ਚੰਗਾ ਨਹੀਂ ਮੰਨਦੇ ਪੰਜਾਬ ਤਾਂ ਪਹਿਲਾਂ ਹੀ ਕਰੋੜਾ ਰੁਪਏ ਲੱਖਾਂ ਰੁਪਏ ਜਿਹੜਾ ਹੈਗਾ ਕਰਜ਼ਾਈ ਹੈਗਾ ਤੇ ਅਸੀਂ ਇੱਕ ਪਾਸੇ ਕਹਿੰਦੇ ਆ ਵੀ ਅਸੀਂ ਬਚਤ ਕਰਦੇ ਆ ਹਰ ਪਾਸੇੋਂ ਅਸੀਂ ਬਚਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਇਦਾਂ ਦੀ ਬੇਲੋੜੀ ਖਰਚੇ ਨੇ ਨਾ ਇਹਨੂੰ ਸਰਕਾਰ ਨੂੰ ਘਟਾਉਣਾ ਚਾਹੀਦਾ ਤੇ ਦੂਜੀ ਗੱਲ ਕਰੀਏ ਜਿਹੜਾ ਸਰਕਾਰ ਐਜੂਕੇਸ਼ਨ ਲੈਵਲ ਬਿਹਤਰ ਬਣਾਉਣ ਦੀ ਗੱਲ ਕਹਿ ਰਹੀ ਹੈ ਤੇ ਸ਼ੋਭਾ ਸੰਕੇਤ ਕਹਿ ਸਕਦੇ ਹਾਂ ਜੇਕਰ ਸਰਕਾਰ ਇਮਾਨਦਾਰੀ ਦੇ ਨਾਲ ਜਿੱਦਾਂ ਕਿਹਾ ਕਿ 15 ਦਿਨਾਂ ਦੇ ਵਿੱਚ ਇੱਕ ਸਕੂਲ ਜਿਹੜਾ ਅਸੀਂ ਜਿਹੜਾ ਬਣਾਇਆ ਕਰਾਂਗੇ ਤੇ ਜੇ ਇਸੇ ਤਰੀਕੇ ਨਾਲ ਲੱਗੇ ਰਹੇ ਕਿ 5 ਸਾਲਾਂ ਦੇ ਵਿੱਚ ਟਾਰਗੇਟ ਪੂਰਾ ਹੋ ਜਾਏਗਾ ਤੇ ਜਾਂ ਸਰਕਾਰ ਨੂੰ ਸਪੀਡ ਵਧਾਉਣੀ ਪੈਗੀ ਦੇਖੋ ਸਕੂਲ ਤਾਂ ਹੁਣ ਤੱਕ ਬਣਦੇ ਆਏ ਨੇ ਜਿਹੜੀ ਵੀ ਸਰਕਾਰ ਆਈ ਉਹਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਬਣਿਆ ਆਦਰਸ਼ ਸਕੂਲ ਬਣਾਏ ਨੇ ਜਿਹੜੇ ਬਾਦਲ ਸਾਹਿਬ ਨੇ ਮੈਰੀਟੋਰੀਅਲ ਸਕੂਲ ਬਣਾਏ ਨੇ ਇਦਾਂ ਦੇ ਸਕੂਲ ਬਣਦੇ ਆਏ ਨੇ ਇਹਨਾਂ ਨੇ ਕੀ ਰੱਖਿਆ ਵੀ 117 ਹਲਕਿਆਂ ਦੇ ਵਿੱਚ ਐਵਿਨਸ ਸਕੂਲ ਬਣਾਉਣੇ ਨੇ ਜਿਹਦੇ ਵਿੱਚ ਉਹ ਦਿਖਾ ਸਕਣਾ ਇਹ ਹਲਕੇ ਦਾ ਜਿਹੜਾ ਹੈਗਾ ਨਾ ਇਹ ਇੱਕ ਬਿਹਤਰ ਸਕੂਲ ਹੈਗਾ ਸਕੂਲਾਂ ਦੀ ਜਿਹੜੀ ਪੜ੍ਹਾਈ ਆ ਨਾ ਜੇ ਉਹ ਤਾਂ ਬਣ ਸਕਦੀ ਆ ਗੁਰਪੀ ਜੀ ਇਹਦੇ ਟੀਚਰ ਨੇ ਉਹ ਸਿਰਫ ਤੇ ਸਿਰਫ ਪੜ੍ਹਾਈ ਤੇ ਹੋਣਾ ਜੀ ਜਿਹੜੀ ਮੈਡਰੇ ਵੀਲ ਆ ਵੋਟਾਂ ਦੀ ਉਹਨਾਂ ਦੀ ਡਿਊਟੀਆਂ ਨੇ ਜਾਂ ਹੋਰ ਬੇਲੋੜੀਆਂ ਰੋਟੀਆਂ ਨੇ ਉਹ ਉਹਨਾਂ ਨੂੰ ਜਿਹੜਾ ਪੜ੍ਹਾਈ ਨਾਲੋਂ ਦੂਰ ਕਰ ਰਹੀਆਂ ਨੇ ਇਸ ਕਰਕੇ ਇਹ ਜਿਹੜਾ ਨਾ ਸਕੂਲਾਂ ਦੀ ਬਿਲਡਿੰਗ ਨੇ ਨਹੀਂ ਪੜਾਉਣਾ ਹੈਗਾ ਸਕੂਲ ਦੇ ਟੀਚਰਾਂ ਨੇ ਪੜਾਉਣਾ ਔਰ ਉਹਨਾਂ ਦਾ ਫੋਕਸ ਜਿਹੜਾ ਹੈਗਾ ਨਾ ਸਿਰਫ ਤੇ ਸਿਰਫ ਪੜਾਉਣ ਲਈ ਪਾਸੇ ਹੋਣਾ ਚਾਹੀਦਾ ਬਿਲਕੁਲ ਜੀ ਤੇ ਟੀਚਰਾਂ ਤੋਂ ਸਿਰਫ এডਿਕੇਸ਼ਨ ਤੋਂ ਇਲਾਵਾ ਹੋਰ ਕੋਈ ਕੰਮ ਨਾ ਲਿਆ ਜਾਵੇ ਤਾਂ ਫਿਰ ਜਿਹੜਾ ਹਰ ਇੱਕ ਸਕੂਲ ਸਮਾਰਟ ਸਕੂਲ ਬਣ ਸਕਦਾ ਹਰ ਇੱਕ ਸਕੂਲ ਦੇ ਵਿੱਚ ਅੱਛੀ এডਿਕੇਸ਼ਨ ਲੈਵਲ ਹੋ ਸਕਦਾ ਤੇ ਉਮੀਦ ਕਰਦੇ ਆਂ ਸਰਕਾਰ ਨੇ ਸ਼ੁਰੂਆਤ ਕੀਤੀ ਹੈ ਬੇਸ਼ੱਕ ਵਿਵਾਦਾਂ ਦੇ ਵਿੱਚ ਹੈ ਪਰ ਵਿਵਾਦਾਂ ਚੋਂ ਨਿਕਲ ਕੇ ਪੰਜਾਬ ਦੇ ਭਲੇ ਦੇ ਲਈ ਮੀਲ ਪੱਥਰ ਸਾਬਤ ਹੋਵੇ ਕਿਉਂਕਿ এডਿਕੇਸ਼ਨ ਹਰ ਇੱਕ ਦਾ ਇੱਕ ਜ਼ਰੂਰੀ ਹੱਕ ਹੈ ਜੁੜੇ ਰਹੋ ਮੀਡੀਆ ਆਪਣਾ ਪੰਜਾਬ ਦੇ ਨਾਲ